ਊਂਠ ਨੂੰ ਗਿੱਦੜ ਕਿਉਂ ਖਵਾਉਂਦੇ? ਗਿੱਦੜ ਖਵਾਉਣੇ ਜਿਸ ਤੇ ਊਂਠ ਨੂੰ ਆਕੜਾ ਪੁੰਦਾ ਨਾ ਤਾਂ ਹਵਾ ਪੈਂਦੀ। ਹਾਂ, ਉਹ ਗਿੱਦੜ ਦੇ ਗੋਸ਼ਤ ਗਰਮ ਹੁੰਦੇ। ਅੱਛਾ, ਨਹੀਂ ਉਹ ਗਿੱਦੜ ਕੀ ਮਾਰ ਕੇ ਲਿਆਉਂਦੇ ਹੋ ਜਾਂ ਜਿਵੇਂ ਗੋਸ਼ਤ ਦੂਸਰਾ ਬਣਾਉਂਦੇ ਨੇ? ਹਾਂ, ਗੋਸ਼ਤ ਬਣਾ ਕੇ ਨਾ। ਹਾਂ, ਨਹੀਂ ਉਬਾਲ ਕੇ ਖਵਾਉਣਾ ਉਹਨੂੰ? ਚੰਗਾ ਜੀ, ਉਬਾਲ ਕੇ ਨਹੀਂ, ਕੱਚਾ ਗੋਸ਼ਤ ਨਾ, ਕੱਚਾ ਵੀ ਨਹੀਂ ਖਵਾਉਣਾ ਨਾ, ਚੜਨਾ ਪੀਪੇ ਦੇ ਵਜਾ ਕੇ ਦੇ ਉੱਤੇ ਨਾਲ ਹੱਡੀਆਂ ਖੁਰ ਜਾਂਦੀਆਂ ਨਾ, ਫਿਰ ਉਹ ਗੋਸ਼ਤ ਕਲਾ ਹੱਡੀਆਂ ਵਿੱਚ ਚੁਣ ਲੈਣੀਆਂ ਨੇ ਅਤੇ ਉਹਦੇ ਵਿੱਚ ਪਾਉਣੇ ਜਿੰਨਾ 2 ਕਿਲੋ ਦੇਸੀ ਘਿਓ ਪਾਉਣੇ, 5 ਕਿਲੋ ਗੁੜ ਪਾਉਣੇ, ਅੱਛਾ, 5 ਕਿਲੋ ਬਾਜਰੇ ਦਾ ਆਟਾ ਪਾਉਣੇ, ਅੱਛਾ, ਅਤੇ ਹੋਰ ਜਨਾਬ ਕਿਲੋ ਮੇਥੇ ਪਾਉਣੇ ਨੇ ਇਹ ਊਂਠ ਦੇ ਗੋਸ਼ਤ ਦੇ ਨਾਲ। ਹਾਂਜੀ, ਗੋਸ਼ਤ ਕਿੰਨਾ ਕੁ ਹੁੰਦਾ? ਗੋਸ਼ਤ ਹੁੰਦਾ 5 ਕਿਲੋ, ਕਮ ਅਜ਼ ਕਮ 5 ਕਿਲੋ। ਜੇ ਬਚ ਜਾਵੇ ਉਹਦੇ ਵਿੱਚੋਂ ਗੋਸ਼ਤ, ਫਿਰ ਉਹ ਸੰਭਾਲ ਲੈਂਦੇ ਹੋ ਜਾਂ ਨਾ ਸੰਭਾਲਣਾ? ਉੱਦਾਂ ਨਹੀਂ, ਖੁਰਕ ਉੱਦਾਂ ਨਹੀਂ, ਉਹਦੀਆਂ ਫਿਰ ਬਣਾ ਲੈਣੀਆਂ ਪਿੰਨੀਆਂ। ਅੱਛਾ, ਇੱਕ ਪਿੰਨੀ ਸਵੇਰੇ ਖਵਾਈ ਆਉਣੀ, ਇੱਕ ਸ਼ਾਮ ਖਵਾਈ ਆਉਣੀ। ਇੱਕ ਹਲਾਲ ਚੀਜ਼ਾਂ ਨੂੰ ਤੁਸੀਂ ਹਰਾਮ ਜਾਣ, ਇੱਕ ਮਜਬੂਰੀ ਹੈ ਨਾ, ਬਿਮਾਰੀ ਆ, ਬਿਮਾਰੀ। ਆਕੜੇ 'ਚ ਹੁੰਦਾ ਕੀ ਆ? ਆਕੜਾ ਹੁੰਦਾ ਹਵਾ। ਅੱਛਾ, ਜਾਨਵਰ ਆਕੜ ਜਾਂਦਾ? ਜਾਨਵਰ ਆਕੜ ਜਾਂਦਾ, ਬਹਿ ਜਿਸ ਟਾਈਮ ਬਹਿ ਜਾਵੇ ਨਾ ਉੱਠ ਨਹੀਂ ਸਕਦਾ, ਜਿਸਮ ਸਾਰਾ ਆਕੜ ਜਾਂਦਾ, ਸਾਰਾ ਆਕੜ ਜਾਂਦਾ, ਬੰਦਾ ਜਿਸਮ ਠੰਡਾ ਤੱਤਾ ਹੋ ਜਾਂਦਾ। ਨਹੀਂ ਨਹੀਂ, ਹਾਂ। ਅੱਛਾ, ਤੂੰ ਆਪਣੀ ਹੋਸ਼ 'ਚ ਕਦੀ ਖਵਾਇਆ ਹੈ ਊਂਠ? ਕਿੱਥੇ? ਇੱਥੇ ਆ ਕੇ ਕਦੇ ਨਹੀਂ ਖਵਾਇਆ? ਇੱਕ ਊਂਠ ਘੋੜੇ ਦੀ ਹੱਡੀ ਵੀ ਖਵਾਈ ਹੈ। ਅੱਛਾ, ਘੋੜੇ ਦੀ ਹੱਡੀ ਤਾਂ ਬੜੀ ਸਖਤ ਹੁੰਦੀ ਹੈ, ਉਹ ਤਾਂ ਗੱਲ ਨਹੀਂ, ਬੜੀ ਮੁਸ਼ਕਿਲ ਹੁੰਦੀ ਹੈ। ਉਹਨੂੰ ਸਾੜ ਕੇ ਖਵਾਈ, 2 ਦਿਨ ਉਹਦੇ ਥੱਲੇ ਅੱਗ ਬਾਲੀ ਆਈ। ਕਿੱਦਾਂ ਸਾੜਦੇ? ਕਿੱਦਾਂ ਹੱਡੀ? ਹੱਡੀ ਵਿੱਚ ਅੱਗ ਦੇ ਸਾੜ। ਅੱਛਾ, ਸਾੜਦੀ ਰਹੇ, ਸਾੜਦੀ ਰਹੀ, ਪਰ ਇਹ ਕਿ ਸਮੈਲ ਇਤਨੀ ਆਉਂਦੀ ਹੈ ਕਿ ਪੂਰਾ ਪਿੰਡ ਜਿਹੜਾ ਨਾ। ਨਹੀਂ, ਉਹਦਾ ਤਰੀਕਾ ਤੁਸੀਂ ਉਹਦੇ ਉੱਤੇ ਆਟਾ ਲਾ ਕੇ ਜਾਂ ਉੱਤੇ ਹੱਡੀ ਜਿਸ ਨੂੰ ਸਾੜ ਲਈ ਆਈ ਨਾ, ਸਾੜ ਕੇ ਤੇ ਪਿੱਛੇ ਜਿਹੜੀ ਚੀਜ਼ ਅੱਗ ਦੇ ਉੱਤੇ ਸੜ ਜਾਵੇ ਉਹ ਪਾ ਕੇ ਹੋ ਜਾਂਦੀ, ਉਹ ਤਾਂ ਫਿਰ ਪਲੇਟ ਨਹੀਂ ਰਹਿੰਦੀ। ਨਹੀਂ ਨਹੀਂ, ਕੈਲਸ਼ੀਅਮ ਤਾਂ ਹੁੰਦੀ ਹੈ ਨਾ, ਵੈਸੇ ਉਹਦੀ ਬੋਹ ਖਤਮ ਕਰ। ਉਹ ਜੀ ਇੱਕ ਬਿਮਾਰੀ ਹੈ, ਤੁਸੀਂ ਇਸਨੂੰ ਜਾਣਦੇ ਹੋ, ਕੁੰਡੂ ਹਵਾ। ਕੁੰਡੂ ਹਵਾ, ਉਹ ਕੀ ਹੁੰਦੀ ਹੈ? ਉਹ ਵੀ ਇੱਕ ਬਿਮਾਰੀ ਹੈ। ਉਹ 'ਚ ਕੀ ਹੁੰਦਾ? ਉਹ ਵੀ ਜਾਨਵਰ ਜੁਕੜਿਆ ਨਹੀਂ ਜਾਂਦਾ, ਜੁਕੜਿਆ ਜੀ ਪਿਆ ਜਿਹੜਾ ਹੈ ਆਪਣਾ ਘੋੜੇ ਦੀ ਹੱਡੀ ਹੈ, ਕੋਈ ਹੱਡੀ ਵੀ ਉਹ 'ਚ ਕੈਲਸ਼ੀਅਮ ਹੁੰਦਾ। ਹੋਰ ਕੋਈ ਹੱਡੀ ਨਾ, ਘੋੜੇ ਦੀ ਹੱਡੀ, ਅਤੇ ਦੇਣੀ ਵੀ ਉਹ ਬਾਜਰੇ ਦੇ ਆਟੇ ਦੇ ਵਿੱਚ ਪਿੰਨੀ ਬਣਾ ਕੇ, ਹੋਰ ਉਹ ਕਿਸੇ ਚੀਜ਼ ਨਹੀਂ ਦਿੱਤੀ ਜਾਂਦੀ। ਅੱਛਾ, ਇਹਨੂੰ ਬਾਜਰਾ ਵੀ ਖਵਾਉਂਦੇ ਹੋ? ਬਾਜਰਾ ਅਸਲ ਨਹੀਂ ਖਵਾਇਆ, ਲੋਕ ਖਵਾਉਂਦੇ ਨੇ ਜਿਹੜੇ ਕਣਕ ਦੇ ਦਲੀਆ ਖਵਾਉਂਦੇ, ਦਲੀਆ ਖਵਾਉਂਦੇ, ਕਣਕ ਦੇ ਦਲੀਆ ਖਵਾਉਂਦੇ ਜਿਹੜੇ ਹੁੰਦੇ ਨੇ ਵਪਾਰੀ, ਉਹ ਕੀ ਖਵਾਉਂਦੇ ਨੇ ਤਿਆਰੀ ਵਾਸਤੇ? ਤਿਆਰੀ ਵਾਸਤੇ ਕਣਕ ਦੇ ਦਲੀਆ, ਦਲੀਆ, ਦਲੀਆ ਅਤੇ ਦਾਲ ਟੱਕੇ। ਸਹੀ, ਦਾਲ ਟੱਕੇ ਉਹਨਾਂ ਨਾਲ ਪੋਲਾ ਹੁੰਦਾ। ਹਾਂ, ਦਲੀਆ ਨਾਲ ਫੁਰਦਾ ਜ਼ਿਆਦਾ। ਕਹਿੰਦੇ ਊਂਠ ਜਿਹੜਾ ਨਾ 9 ਦਿਨ 10 ਦਿਨ 11 ਦਿਨ ਤੱਕ ਵੀ ਕਹਿੰਦੇ ਪਾਣੀ ਨਾ ਪੀਵੇ, ਜ਼ਿੰਦਾ ਰਹਿ ਲਾ, ਜ਼ਿੰਦਾ ਰਹਿ ਸਕਦਾ। ਕਦੀ ਜ਼ਿੰਦਗੀ 'ਚ ਤਜਰਬਾ ਕੀਤਾ? ਤਜਰਬਾ ਨਹੀਂ ਕੀਤਾ, ਪਰ ਇਹ ਗਰੰਟੀ। ਤੁਹਾਡੇ ਪਿਓ ਦਾਦੇ ਇਹੀ ਕੰਮ ਕਰਦੇ ਨੇ? ਪਿਓ ਦਾਦੇ ਉਹ ਕੰਮ ਕਰਦੇ ਨੇ, ਉਸ ਟਾਈਮ 'ਤੇ ਇਹ ਹੈ ਨਾ ਵੀ ਪਾਣੀ ਲੱਭਦਾ ਵੀ ਘੱਟ ਹੈ, ਦਾਦਾ ਸਾਡੇ ਗੱਲ ਸੁਣਦਾ ਹੈ, ਪਾਣੀ ਘੱਟ ਲੱਭਦਾ, ਟੋਇਆਂ 'ਤੇ ਜਾ ਕੇ ਬਾਰਿਸ਼ ਆਉਣੀਆਂ, ਸਾਵਣ ਦੇ ਵਿੱਚ ਫਿਰ ਉਹਨਾਂ ਨੂੰ ਪਾਣੀ ਪੂਰਾ ਹੁੰਦਾ। ਇਹ ਖੱਗਲ ਜਿਹੜਾ ਹੁੰਦਾ ਵਾ, ਇਹ ਵੀ ਖਾਂਦੇ ਆ? ਇਹ ਵੀ ਖਾਂਦੇ, ਅਸੀਂ ਆਪੀ ਵੀ ਖਵਾਉਂਦੇ। ਖੱਗਲ ਜਿਹੜਾ ਜਿਗਰ ਦੇ ਵਾਸਤੇ ਬੜਾ ਅੱਛੀ ਚੀਜ਼ ਆ। ਜਿਗਰ ਵਾਸਤੇ ਅੱਛੀ ਚੀਜ਼ ਹੈ, ਹੱਡੀ ਵਾਸਤੇ ਅੱਛੀ ਚੀਜ਼ ਹੈ, ਹੱਡੀ ਖੋਲਦੇ ਖੱਗਲ ਜਿਹੜਾ, ਯਾਨੀ ਕਿ ਹੱਡੀ ਜਿਹੜੀ ਮੋਟੀ ਕਰਦਾ। ਮਾਹਿਰ ਜਿਹੜੇ ਹੁੰਦੇ ਨੇ ਕਹਿੰਦੇ ਨੇ ਜਿਗਰ ਦੇ ਵਾਸਤੇ ਇਹਦਾ ਤੇਲ ਜਿਹੜਾ ਹੁੰਦਾ ਜਾਂ ਆਪਣਾ ਖੱਗਲ ਦਾ, ਇਹਦੀ ਦਵਾਈ ਬਣਦੀ ਹੈ, ਹਮਦਰਦ ਦਾ ਲੈਂਦੇ ਨੇ ਐਕਾਟ੍ਰੀਨ ਦੇ ਨਾਂ ਤੋਂ। ਖੱਗਲ ਦੇ ਸਕੜੇ ਦੀ ਦਵਾਈ ਬਣੀ ਦੇਖੀ ਜ਼ਖਮ ਵਾਸਤੇ। ਅੱਛਾ, ਬਾਕੀ ਹੋਰ ਜਿਗਰ ਤਾਂ ਨਹੀਂ ਪਤਾ ਯਾਰ। ਉਹਦੇ ਖੱਗਲ ਦੇ ਬਾਰੇ 'ਚ ਤਾਂ ਮੈਂ ਵੀ ਸੁਣਿਆ ਕਿ ਉਹ ਕਹਿੰਦੇ ਨਾ ਜਿੱਥੇ ਸੜਿਆ ਹੋਵੇ ਅਤੇ ਦਾਗ ਨਾ ਜਾਂਦਾ ਹੋਵੇ, ਜ਼ਖਮ ਜ਼ਿਆਦਾ ਹੋਵੇ, ਉਹਦਾ ਜਿਹੜਾ ਸਕੜਾ ਉਹਨੂੰ ਕਰਕੇ ਨਾ ਪਾਊਡਰ ਜਿਹਾ ਉਹ ਵਿੱਚ ਉਹਦੇ ਉੱਤੇ ਲਾਉਂਦੇ ਰਹੋ ਜ਼ਖਮ ਦੇ, ਉਹ ਨਿਸ਼ਾਨ ਵੀ ਸਰੋਂ ਦੇ ਤੇਲ, ਸਰੋਂ ਦੇ ਤੇਲ 'ਚ ਉਹਦੇ ਨਾਲ ਨਿਸ਼ਾਨ ਵੀ ਖਤਮ ਹੋ ਜਾਂਦਾ। ਅੱਛਾ, ਅਤੇ ਜਿਹੜਾ
ਕਿੰਨਾ ਖਵਾਉਣਾ ਚਾਹੀਦਾ ਖੰਗਲ? ਖੰਗਲ ਜਿੰਨਾ ਬੰਦਾ ਪੂਰਾ ਆ ਜਾਵੇ ਉਤਨਾ ਖਾ ਜਾਵੇ, ਖਾ ਜਾਂਦਾ ਸ਼ੌਕ ਨਾਲ ਜਿਵੇਂ ਇਹ ਪੱਠੇ ਖਾਣੇ ਉਹ ਵੀ ਨਹੀਂ ਖਾਣਾ। ਹੋਰ ਇਹਦੀ ਇਹਦੀ ਆਪਣੀ ਪਸੰਦੀਦਾ ਚੀਜ਼ ਖੁਰਾਕ ਕੀ ਹੈ? ਆਪਣੀ ਪਸੰਦੀ ਹੈ ਜਿਹੜਾ ਸਰੀਂ ਹੈ ਨਾ, ਜੇ ਨਾ ਪਾਏ ਨਾ ਆਪਣੇ ਆਪ ਖਾਣ ਲੱਗੇ ਫਿਰ ਸਰੀਂ ਚੋਖਾ ਖਾਣਾ। ਅੱਛਾ, ਜਾਂ ਗੁਆਰੇ ਦਾ ਪੋਂ, ਗੁਆਰਾ ਗੁਆਰੇ ਦਾ ਪੋਂ ਇਹ ਸਰਦੀਆਂ ਦੀ ਖੁਰਾਕ। ਗਰਮੀਆਂ 'ਚ ਸਰੀਂ ਨਹੀਂ ਖਾਏਗਾ? ਗਰਮੀਆਂ ਦੇ ਵਿੱਚ ਟਾਹਲੀ ਬੜੀ ਖੁਸ਼ ਹੋ ਗਈ, ਮਤਲਬ ਠੰਡੀਆਂ ਚੀਜ਼ਾਂ ਨੂੰ ਪਸੰਦ ਆ। ਸਹੀ, ਜਿਹੜਾ ਤੁਸੀਂ ਦੱਸ ਰਹੇ ਸੀ ਉਹ ਆਪਣਾ ਗਿੱਦੜ, ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਆ ਵਾ? ਆਪੀ ਬਣਾਏ ਬਣਾਇਆ ਆਪੀ ਬਣਾਏ ਖਵਾਏ ਦਾਦਾ ਜੀ ਸੀਗੇ ਜਾਂ ਵਾਲਸ? ਆਪਣੇ ਵਾਲੇ। ਸਹੀ ਸਹੀ, ਗਰਮੀਆਂ ਦੇ ਵਿੱਚ ਜਿਸ ਟਾਈਮ ਉਹਨਾਂ ਨੂੰ ਟਾਹਲੀ ਦੇ ਉੱਤੇ ਛੱਡਦੇ ਆ ਨਾ, ਟਾਹਲੀ ਦੇ ਉੱਤੇ ਇਹ ਠੰਡੀ ਚੀਜ਼ ਹੈ ਨਾ, ਕੰਮ ਵਾਲਾ ਜਾਨਵਰ ਉਹਨੂੰ ਟਾਹਲੀ ਖਾ ਲੈਂਦੀ। ਕਹਿੰਦੇ ਨਾ ਟਾਹਲੀ ਮਰਦ ਨੂੰ ਖਵਾਓ ਤਾਂ ਠੰਡਾ ਹੋ ਜਾਂਦਾ, ਨਾ ਮਰਦ ਹੋ ਜਾਂਦਾ। ਵੈਸੇ ਹਿਕਮਤ ਦੇ ਵਿੱਚ ਮੈਂ ਪੜ੍ਹਿਆ ਵੀ ਆ ਕਿ ਜਿਹੜਾ ਜਰਿਆਨ ਦਾ ਜਾਂ ਲਕੋਰੀਏ ਦਾ ਮਸਲਾ ਹੋਵੇ ਉਹਦੇ ਵਿੱਚ ਟਾਹਲੀ ਦਿੰਦੇ ਵੀ ਆ, ਕੂਜ਼ਾ ਮਿਸਤਰੀ ਦੇ ਵਿੱਚ ਨਾ ਟਾਹਲੀ ਦਾ ਪਾਣੀ। ਹੋਰ ਤਾਂ ਕੁਦਰਤੀ ਹਿਸਾਬ ਬੰਦੇ ਕੋਲ ਟਾਹਲੀ ਨਹੀਂ ਚੁੱਕੀ ਬਿਮਾਰੀ। ਟਾਹਲੀ ਤਾਂ ਹੁਣ ਬਿਮਾਰ ਹੋ ਗਈ ਆ, ਦਿਮਾਗ ਖਰਾਬ ਹੋ ਗਿਆ। ਇਹ ਜਿਹੜਾ ਸਰੀਂ ਆ ਇਹਦਾ ਪਾਣੀ ਤਾਂ ਜਿਹੜਾ ਅੱਖਾਂ ਵਾਸਤੇ ਬੜਾ ਅੱਛਾ ਹੁੰਦਾ। ਜਾਨਵਰ ਕਿਸੇ ਦੀ ਅੱਖ ਦੇ ਉੱਤੇ ਛਾਂ ਚੜ ਜਾਵੇ, ਫੋਲਾ ਜਿਹਨੂੰ ਪੰਜਾਬੀ 'ਚ ਕਹਿੰਦੇ, ਇਹ ਤਾਂ ਬੇੜੇ ਨੂੰ ਪੈਂਦੇ ਰਹਿ ਗਏ, ਆਪੀ ਪੈਂਦੇ ਰਹੇ, ਇਹ ਵੀ ਚੀਜ਼ ਬਿਮਾਰੀ।